ਸਤਿ ਸ਼੍ਰੀ ਅਕਾਲ ਜੀ। ਹਾਂ, ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੰਤਰੇ ਦੇ ਭਾਅ ਦੀ, ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ। ਅਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੀਡੀਓ ਤੋਂ ਬਾਅਦ ਅਸੀਂ ਤੁਹਾਡੇ ਨਾਲ ਬਾਸਮਤੀ, ਨਰਮਾ ਅਤੇ ਕਿੰਨੂ ਦੇ ਭਾਅ ਦੀ ਜਿਹੜੀ ਵੀਡੀਓ ਆ ਉਹ ਵੀ ਅਪਲੋਡ ਕਰਾਂਗੇ। ਸੋ ਵੀਡੀਓ ਨੂੰ ਜਿਹੜੇ ਭਾਅ ਨੇ ਉਹਨਾਂ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਇਸ ਪੇਜ ਨੂੰ ਫਾਲੋ ਕਰ ਸਕਦੇ ਹੋ। ਸੋ ਮਿਰਜ਼ਾਪੁਰ ਦੀ ਗੱਲ ਕਰ ਲੈਂਦੇ ਹਾਂ ਜੀ। ਅੱਜ ਜਿੱਥੇ ਸੰਤਰੇ ਦਾ ਭਾਅ 27 ਰੁਪਏ 75 ਪੈਸੇ ਪ੍ਰਤੀ ਕਿਲੋ ਰਿਹਾ, ਜੌਨਪੁਰ ਦੇ ਵਿੱਚ ਸੰਤਰੇ ਦਾ ਭਾਅ 28 ਰੁਪਏ 50 ਪੈਸੇ, ਗਾਜ਼ੀਆਬਾਦ ਦੇ ਵਿੱਚ ਸੰਤਰਾ ਵਿਕਿਆ ਜੀ 25 ਰੁਪਏ ਪ੍ਰਤੀ ਕਿਲੋ, ਵਾਰੰਗਲ ਦੇ ਵਿੱਚ ਸੰਤਰੇ ਦਾ ਭਾਅ ਰਿਹਾ ਜੀ 15 ਰੁਪਏ ਪ੍ਰਤੀ ਕਿਲੋ। ਇਸੇ ਤਰ੍ਹਾਂ ਹੀ ਜਿਹੜਾ ਸਾਈਜ਼ ਮੀਡੀਅਮ ਸਾਈਜ਼ ਸੀ ਇੱਥੇ 27 ਰੁਪਏ ਪ੍ਰਤੀ ਕਿਲੋ ਵਿਕਿਆ, ਅਤੇ ਜਿਹੜਾ ਲਾਰਜ ਸਾਈਜ਼ ਸੀ ਵਾਰੰਗਲ ਦੇ ਵਿੱਚ ਸੰਤਰੇ ਦਾ ਉਹ 40 ਰੁਪਏ ਪ੍ਰਤੀ ਕਿਲੋ ਵਿਕਿਆ। ਗੰਗਾਨਗਰ ਦੀ ਗੱਲ ਕਰ ਲੈਂਦੇ ਹਾਂ ਜਿੱਥੇ 33 ਰੁਪਏ ਪ੍ਰਤੀ ਕਿਲੋ ਰਿਹਾ ਸੰਤਰੇ ਦਾ ਭਾਅ, ਜੋਧਪੁਰ ਦੇ ਵਿੱਚ ਸੰਤਰਾ 25 ਰੁਪਏ ਪ੍ਰਤੀ ਕਿਲੋ ਵਿਕਿਆ। ਜੈਪੁਰ ਦੀ ਗੱਲ ਕਰ ਲੈਂਦੇ ਹਾਂ ਜਿੱਥੇ ਸੰਤਰੇ ਦਾ ਭਾਅ ਜਿਹੜਾ 35 ਰੁਪਏ ਪ੍ਰਤੀ ਕਿਲੋ ਰਿਹਾ, ਬੀਕਾਨੇਰ ਦੇ ਵਿੱਚ ਸੰਤਰੇ ਦਾ ਭਾਅ 28 ਰੁਪਏ ਪ੍ਰਤੀ ਕਿਲੋ, ਅਤੇ ਅਜਮੇਰ ਦੇ ਵਿੱਚ ਸੰਤਰੇ ਦਾ ਭਾਅ 26 ਰੁਪਏ ਪ੍ਰਤੀ ਕਿਲੋ ਰਿਹਾ। ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰ ਲੈਂਦੇ ਹਾਂ ਸੰਤਰੇ ਦੇ ਭਾਅ ਨੂੰ ਲੈ ਕੇ। ਮਾਨਸਾ ਮੰਡੀ ਦੇ ਵਿੱਚ ਸੰਤਰੇ ਦਾ ਭਾਅ ਜਿਹੜਾ 50 ਰੁਪਏ ਪ੍ਰਤੀ ਕਿਲੋ ਰਿਹਾ। ਲੁਧਿਆਣਾ ਦੇ ਵਿੱਚ ਸੰਤਰਾ ਸਭ ਤੋਂ ਵੱਧ 65 ਰੁਪਏ ਪ੍ਰਤੀ ਕਿਲੋ ਵਿਕਿਆ, ਖੰਨਾ ਦੇ ਵਿੱਚ 30 ਰੁਪਏ ਪ੍ਰਤੀ ਕਿਲੋ, ਜਲੰਧਰ ਦੇ ਵਿੱਚ ਵਿਕਿਆ ਜੀ 50 ਰੁਪਏ ਪ੍ਰਤੀ ਕਿਲੋ, ਅਤੇ ਲੁਧਿਆਣਾ ਦੇ ਜਗਰਾਉਂ ਵਿੱਚ ਵਿਕਿਆ 55 ਰੁਪਏ ਪ੍ਰਤੀ ਕਿਲੋ। ਇਸੇ ਤਰ੍ਹਾਂ ਹੀ ਕੋਹਿਮਾ ਦੇ ਵਿੱਚ ਜਿਹੜਾ ਸੰਤਰੇ ਦਾ ਭਾਅ ਰਿਹਾ 70 ਰੁਪਏ ਪ੍ਰਤੀ ਕਿਲੋ ਰਿਹਾ। ਅਤੇ ਗੱਲ ਕਰੀਏ ਈਸਟ ਖਾਸੀ ਹਿਲਸ ਦੀ, ਤਾਂ ਇੱਥੇ 80 ਰੁਪਏ ਪ੍ਰਤੀ ਕਿਲੋ ਸੰਤਰੇ ਦਾ ਭਾਅ ਰਿਹਾ। ਵੈਸਟ ਖਾਸੀ ਹਿਲਸ ਦੇ ਵਿੱਚ 86 ਰੁਪਏ, ਅਤੇ ਇੰਦੌਰ ਦੇ ਵਿੱਚ ਸੰਤਰਾ ਵਿਕਿਆ ਜੀ 25 ਰੁਪਏ ਪ੍ਰਤੀ ਕਿਲੋ। ਗੱਲ ਕਰ ਲੈਂਦੇ ਹਾਂ ਹੋਰਨਾਂ ਮੰਡੀਆਂ ਦੀ। ਬੰਗਲੌਰ ਦੀ ਜਿੱਥੇ ਸੰਤਰੇ ਦਾ ਭਾਅ ਜਿਹੜਾ ਰਿਹਾ 35 ਰੁਪਏ ਪ੍ਰਤੀ ਕਿਲੋ ਰਿਹਾ, ਸ਼੍ਰੀਨਗਰ ਦੇ ਵਿੱਚ 44 ਰੁਪਏ ਪ੍ਰਤੀ ਕਿਲੋ ਰਿਹਾ, ਜੰਮੂ ਦੇ ਨਰਵਾਲ ਜੰਮੂ ਦੇ ਵਿੱਚ ਸੰਤਰੇ ਦਾ ਭਾਅ ਜਿਹੜਾ 55 ਰੁਪਏ ਪ੍ਰਤੀ ਕਿਲੋ ਰਿਹਾ, ਸੋਲਨ ਦੇ ਵਿੱਚ ਸੰਤਰਾ ਵਿਕਿਆ ਜੀ 62 ਰੁਪਏ ਪ੍ਰਤੀ ਕਿਲੋ, ਅਤੇ ਕਾਂਗੜਾ ਦੇ ਵਿੱਚ ਸੰਤਰੇ ਦਾ ਭਾਅ 66 ਰੁਪਏ ਤੋਂ ਲੈ ਕੇ 70 ਰੁਪਏ ਪ੍ਰਤੀ ਕਿਲੋ ਤੱਕ ਰਿਹਾ। ਕੁਰੂਕਸ਼ੇਤਰਾ ਦੇ ਵਿੱਚ ਸ਼ਾਹਬਾਦ ਦੇ ਵਿੱਚ ਸੰਤਰੇ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ, ਹਿਸਾਰ ਦੇ ਹੰਸੀ ਵਿੱਚ ਸੰਤਰੇ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ। ਸੋਨੀਪਤ ਦੀ ਗੱਲ ਕਰ ਲੈਂਦੇ ਹਾਂ ਗੁਹਾਣਾ ਦੀ, ਜਿੱਥੇ ਸੰਤਰੇ ਦਾ ਭਾਅ 35 ਰੁਪਏ ਪ੍ਰਤੀ ਕਿਲੋ ਰਿਹਾ। ਅਤੇ ਨਾਲ ਹੀ ਰਾਜਾਨੰਦ ਗਾਓਂ ਦੀ ਗੱਲ ਕਰ ਲੈਂਦੇ ਹਾਂ ਜਿੱਥੇ ਸੰਤਰੇ ਦਾ ਭਾਅ 80 ਰੁਪਏ ਪ੍ਰਤੀ ਕਿਲੋ ਰਿਹਾ। ਦੁਰਗ ਦੇ ਵਿੱਚ ਸੰਤਰਾ ਵਿਕਿਆ ਜੀ 50 ਰੁਪਏ ਪ੍ਰਤੀ ਕਿਲੋ। ਸੋ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਪਰ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਹਾਂ, ਇਸ ਵੀਡੀਓ ਦੇ ਵਿੱਚ ਅਸੀਂ ਸੰਕੇਤਕ ਵੀਡੀਓ ਹੈ ਜਿਹੜੀ ਉਹ ਸ਼ੇਅਰ ਕਰ ਰਹੇ ਹਾਂ ਕਿੰਨੂ ਦੀ। ਤਾਂ ਕਈ ਦੋਸਤਾਂ ਦਾ ਜਵਾਬ ਹੁੰਦਾ ਹੈ ਕਿ ਕਿੰਨੂ ਆ ਜਾਂ ਸੰਤਰਾ, ਵੀਡੀਓ ਕਿੰਨੂ ਦੀ ਹੁੰਦੀ ਆ, ਪਰ ਜਿਹੜੇ ਭਾਅ ਨੇ ਉਹ ਤੁਹਾਡੇ ਨਾਲ ਅਸੀਂ ਸੰਤਰੇ ਦੇ ਸ਼ੇਅਰ ਕੀਤੇ ਨੇ। ਧੰਨਵਾਦ।